this is 6 o'clock in the morning. As you guys can see that I am ready to go. So obviously Karan will be coming with his own family at the airport, and I'll be going separately with my family. Everything is done and I'll see you guys on the airport with Karan. Morning. Morning. Ready to fly? Good. Kado kado card ho wo halke. Mere card pao insert and. हेलो जी साडा सामान सारा कढ़ता सी गाना ने हाय मेरी सेमियां बच गई मैं मसी जाके पहली रसोई में सेमियां बनानियां थी सारा सामान कढ़ता उन साडा चोरी कर लिया इन्होंने जालिमा ने सो दाला खानियां पड़ियां हुन लून दा जुगाड़मेंट करना पेना पता नहीं खरे ठंड भी कढ़ दे पर नहीं कोई पैक कर ला पहला तू आ देख लो आ होंदे हाल क्वारंटाइन होंदे ਇੰਨਾ ਸਮਾਨ ਨਹੀਂ ਚੱਕਿਆ ਪਤਾ ਪਲੇਟ ਵੀ ਚੋਰੀ ਕਰ ਲਿਆ ਸਾਡਾ ਦੋਨਾਂ ਨੇ ਨਾ ਮਤਲਬ ਕੰਮ ਹੀ ਖਰਾਬ ਕੀਤਾ ਇਹ ਲੱਗਦੇ ਨਹੀਂ ਏਅਰਪੋਰਟ ਤੇ ਬੜੀ ਗੰਦੀ ਚੈਕਿੰਗ ਹੋ ਰਹੀ ਆ ਬਟ ਖੁਸ਼ੀ ਦੀ ਗੱਲ ਇਹ ਆ ਕਿ ਚੈਕਿੰਗ ਸਿਰਫ ਗੰਦੀ ਸਾਡੀ ਹੋ ਰਹੀ ਆ ਹੋਰ ਕਿਸੇ ਦੀ ਨਹੀਂ ਹੋ ਰਹੀ ਅੱਜ ਆਪਾਂ ਕਿਉਂਕਿ ਆਪਾਂ ਕਾਫੀ ਕੁਝ ਹਾਊਸ ਹੋਲਡ ਚੀਜ਼ਾਂ ਕਾਫੀ ਕੁਝ ਕੈਰੀ ਕੀਤਾ ਸੀ ਉਹ ਗਲਤੀ ਸਮਝ ਗਏ ਕਿ ਕੁਝ ਹੋ ਰਹੀ ਆ ਦੇ ਵਿੱਚ ਤਾਂ ਉਹਨੇ ਕੱਢ ਲਿਆ ਸਮਾਨ ਬਾਹਰ ਹੁਣ ਬਿਨਾ ਲੂਣ ਵਾਲੀਆਂ ਦਾਲਾਂ ਬਿਨਾ ਲੂਣ ਵਾਲੀਆਂ ਸਬਜ਼ੀਆਂ ਖਾਣੀਆਂ ਪੈਣੀਆਂ ਆ ਜਿੰਨੀ ਦੇਰ ਆਪਾਂ ਲੂਣ ਖਰੀਦਦੇ ਨਹੀਂ ਆ ਤੇ ਸੌਰੀ ਵੀ ਕਾਂਟ ਟੇਕ ਆਰ ਮਾਸਕ ਆਫ ਬਿਕਾਜ਼ ਸਟ੍ਰਿਕਟ ਵਾਰਨਿੰਗ ਆ ਸਟ੍ਰਿਕਟ ਰੂਲਸ ਆ ਦੈਟ $500 ਦੀ ਸਿਰੇ ਸਿਰੇ ਪਾਉਣੀ $500 ਤੱਕਰ ਦਾ ਤੁਹਾਨੂੰ ਉਹ ਕੀ ਕਹਿੰਦੇ ਆ ਫਾਈਨ ਹੋ ਸਕਦਾ ਆ ਨਾਓ ਵੀ ਆਰ ਗੋਇੰਗ ਟੂ ਆਰ ਗੇਟ ਹਨਾ ਕਿਉਂਕਿ ਬੋਰਡਿੰਗ ਸਾਡੀ ਆਲਰੇਡੀ ਹੋ ਚੁੱਕੀ ਆ ਲਾਈਕ ਆਪਾਂ ਬੋਰਡਿੰਗ ਪਾਸਿਸ ਆਪਾਂ ਪਹਿਲਾਂ ਹੀ ਲੈ ਲਏ ਸੀਗੇ ਇਸ ਕਰਕੇ ਸੋ ਵੀ ਆਰ ਫਰੀ ਨਾਓ ਵੀ ਹੈਵ ਟੂ ਵੇਟ ਆਪਾਂ ਫਲਾਈਟ 'ਚ ਇਕੱਲੇ ਹੀ ਲਾਸਟ ਬੰਦੇ ਰਹਿ ਗਏ ਹਾਂ ਲਾਸਟ ਬੰਦੇ ਵੀਆਈਪੀ ਰਹਿ ਗਏ ਹਾਂ ਆਪਾਂ ਫਲਾਈਟ 'ਚ ਜਾਂਦੇ ਹਾਂ ਹੁਣ ਸਾਡੇ ਬੋਰਡ ਹੋ ਗਏ ਸਾਡੀ ਵੇਟ ਹੁੰਦੀ ਪਈ ਸੀ ਬਸ ਸੋ ਆਪਾਂ ਪਹੁੰਚ ਗਏ ਸੀ ਯੂ ਗਾਇਜ਼ ਇਨ ਦਾ ਫਲਾਈਟ waist clip and tighten the belt. Pull the tab or tabs will inflate the life vest. You can also inflate by blowing into the tubes or tubes. The life vest should only be inflated as you leave the aircraft. If you need any assistance or have any concerns, please let one of us know. Thank you. Enjoy your flight. Thank you.
2 ਘੰਟੇ ਕਿ 2.5 ਘੰਟੇ ਲੱਗੇ ਪਤਾ ਨਹੀਂ ਲੱਗਦਾ 1 ਘੰਟੇ ਸੀਗੇ 2.5-3 ਘੰਟੇ ਸੀਗੇ ਮੇਰਾ ਤਾਂ ਸਾਰਾ ਸਫ਼ਰ ਸੁੱਤੇ 'ਚ ਨਿਕਲ ਗਿਆ ਮੈਂ ਕਿੱਥੇ ਵੀ ਜਾਵਾਂ ਮੇਰਾ ਈਜ਼ੀ ਆ ਐਕਚੁਅਲੀ ਮੈਂ ਰਾਤ ਵੀ ਸੁੱਤੀ ਨਹੀਂ ਸੋ ਇਸ ਚੱਕਰ ਪਿੱਛੇ ਲਾਈਕ ਕਰਨ ਵੀ ਸੌ ਗਏ ਸੀ ਹਨਾ ਨਹੀਂ ਨੋ ਯੂ ਵਰ ਮੈਂ ਮਤਲਬ ਜਾਗਦਾ ਸੀਗਾ ਪਰ ਉਦਾਂ ਹਾਂ ਵਿੱਚ ਵੀ ਨੀਂਦ ਆ ਰਹੀ ਸੀ ਵੀ ਆਰ ਹੇਅਰ Saint John, Newfoundland. Let's show you. ਚਾਰਜਰ ਟੈਕਸੀ ਦੇਖ ਕੇ ਬੜਾ ਦੁੱਖ ਲੱਗ ਰਿਹਾ ਵਾ ਲੈਟਸ ਗੋ ਪਤਾ ਨੀ ਹੁਣ ਅੱਗੇ ਹਾਲੇ ਅਸੀਂ ਆਪਣਾ ਅਪਾਰਟਮੈਂਟ ਦੇਖਿਆ ਨੀ ਆ ਇੰਸਪੈਕਟ ਹੋ ਰਿਹਾ ਵਾ ਬਟ ਨਵੀਂ ਜਗ੍ਹਾ ਤੇ ਐਡਜਸਟ ਹੋਣ ਨੂੰ ਟਾਈਮ ਤਾਂ ਲੱਗਦਾ ਹੀ ਆ ਸੋ ਪਹਿਲਾਂ ਤਾਂ ਸਾਡੇ 14 ਦਿਨ ਜਿਹੜੇ ਕੁਆਰੰਟਾਈਨ ਹੋਣਾ ਆ ਉਹ ਕੱਢਣੇ ਜਾਂ ਨਿਕਲਣੇ ਪਤਾ ਨੀ ਕਿੱਧਰ ਨਿਕਲਣੇ ਆ ਫੂਡ ਵੀ ਭਲੇ ਕਹਿੰਦਾ ਅੱਧਾ ਰਹਿ ਨਹੀਂ ਅੱਧਾ ਹੁਣ ਆਨਲਾਈਨ ਆਰਡਰ ਕਰਨਾ ਉਹ ਵੀ ਤੁਹਾਨੂੰ ਦੱਸਾਂ ਕੀ ਬੰਦਾ ਪਰ ਲਾਈਕ ਐਵਰੀ ਡੇ ਇਜ਼ ਅ ਨਿਊ ਡੇ ਹੋਣਾ ਸਾਡੇ ਲਈ ਹਰ ਰੋਜ਼ ਨਵਾਂ ਐਕਸਪੀਰੀਅੰਸ ਜਿਹੜਾ ਟਿਲ ਦੈਨ ਆਈ ਥਿੰਕ ਈਅਰ ਤੱਕ ਸਾਨੂੰ ਹਾਂ ਐਟਲੀਸਟ 1 ਸਾਲ ਤਾਂ ਲੱਗ ਜਾਣਾ ਆ ਮਤਲਬ ਸੈਟਲ ਕਰਦੇ ਹਨ ਇੱਕ ਆਪਣੇ ਆਪ ਨੂੰ ਓ ਫਾਈਨਲੀ ਛੁਟਕਾਰਾ ਮਿਲਿਆ ਫਾਈਨਲੀ ਮਾਸਕ ਨਹੀਂ ਪਾਇਆ ਜਾਂਦਾ ਇੰਨੀ ਦੇਰ ਯਾਰ ਮਤਲਬ ਜਦੋਂ ਤੇ ਉੱਥੋਂ ਤੁਰੇ ਹਾਂ ਉਦੋਂ ਦੇ ਸਵੇਰ ਦਾ ਮਾਸਕ ਪਾਇਆ ਹੋਇਆ ਸਵੇਰ ਦੇ ਅਰਾਊਂਡ 6 ਵਜੇ ਦਾ ਮਾਸਕ ਪਾਇਆ ਹੋਇਆ ਮੂੰਹ ਦੇ ਉੱਤੇ ਅਤੇ ਵੈਲ ਠੀਕ ਆ ਓਕੇ ਐਵਰੀਥਿੰਗ ਇਜ਼ ਗੁੱਡ ਦ ਪਲੇਸ ਇਜ਼ ਗੁੱਡ ਐਕਚੁਅਲੀ ਸਭ ਕੁਛ ਕਲੀਨ ਕਲੀਅਰ ਮੈਨੂੰ ਐਕਚੁਅਲੀ ਕਲੀਨ ਦੇ ਵਿੱਚ ਮੈਨੂੰ ਬਹੁਤ ਪ੍ਰੋਬਲਮ ਆ ਕਿ ਮਤਲਬ ਸਭ ਕੁਛ ਕਲੀਨ ਹੋਵੇ ਮੇਨਟੇਨਡ ਹੋਵੇ ਵੈਲ ਔਰਗਨਾਈਜ਼ਡ ਹੋਵੇ ਇਹ ਚੀਜ਼ ਬੜੀ ਆ ਸੋ ਜਿੱਦਾਂ ਸੋਚਿਆ ਸੀ ਸਭ ਕੁਛ ਉੱਦਾਂ ਹੀ ਆ ਹਾਂ ਮੇਰੀ ਆਵਾਜ਼ ਵੀ ਗੂੰਜਦੀ ਹੋਣੀ ਆ ਬਿਕੋਜ਼ ਘਰ ਖਾਲੀ ਆ ਬੜਾ ਅਜੀਬ ਜਿਹਾ ਲੱਗ ਰਿਹਾ ਆ ਵਿਦਾਊਟ ਟੀਵੀ ਵਿਦਾਊਟ ਇੱਕ ਇੰਟਰਨੈਟ ਪ੍ਰੋਬਲਮ ਸਾਨੂੰ ਇੱਥੇ ਫੇਸ ਕਰਨੀ ਪੈਣੀ ਆ 7 ਦਿਨ
ਬਿਕਾਜ਼ ਆਪਣੀ ਸਾਡੀ ਇੰਟਰਨੈਟ ਵੀ ਆਪਾਂ ਲਵਾਇਆ ਆ ਬਟ ਪ੍ਰੋਬਲਮ ਇਹ ਆ ਕਿ ਉਹ ਮੋਡਮ ਪਤਾ ਨਹੀਂ ਉਹਨਾਂ ਨੇ ਮੋਡਮ ਪੀਸ ਜਾਂ ਵਰਐਵਰ ਹੈ ਨਾ ਉਹਨਾਂ ਨੇ ਕੁਛ ਉਹਨਾਂ ਦੇ ਕੋਲ ਉਹ ਪੀਸ ਨਹੀਂ ਆ ਐਂਡ ਦੇ ਜਸਟ ਸੈਡ ਕਿ ਆਪਾਂ 7 ਦਿਨਾਂ ਬਾਅਦ ਤੁਹਾਨੂੰ ਉਹ ਡਿਲੀਵਰ ਕਰਾਂਗੇ ਸੋ 7 ਦਿਨ ਪਹਿਲਾਂ ਤਾਂ ਬਿਨਾਂ ਇੰਟਰਨੈਟ ਤੋਂ ਰਹਿਣਾ ਪੈਣਾ ਆ ਨੋ ਐਡੀਟਿੰਗ ਨਥਿੰਗ ਮੇ ਬੀ ਇਹ ਵਲੋਗ ਥੋੜ੍ਹਾ ਜਿਹਾ ਲੇਟ ਵੀ ਹੋ ਸਕਦਾ ਆ ਬਟ ਸਟਿਲ ਕੋਸ਼ਿਸ਼ ਹੋਊਗੀ ਕਿ ਛੇਤੀ ਤੋਂ ਛੇਤੀ ਇਹ ਵਲੋਗ ਚੜ੍ਹੇ ਅਤੇ ਯੂ ਗਾਈਜ਼ ਵਿਲ ਬੀ ਏਬਲ ਟੂ ਸੀ ਅਸ ਕਿ ਸਾਡੀ ਜਰਨੀ ਉੱਥੋਂ ਲੈ ਕੇ ਇੱਥੇ ਤੱਕ ਕਿੱਦਾਂ ਦੀ ਰਹੀ ਸੋ ਲਾਈਕ ਕਰਨ ਇਜ਼ ਗੋਨ ਡਾਊਨ ਟੂ ਡੂ ਸਮ ਫਾਰਮੈਲਿਟੀਜ਼ ਕੋਈ ਪੇਪਰ ਵਰਕ ਡਾਕੂਮੈਂਟੇਸ਼ਨ ਜੋ ਵੀ ਆ ਇਸ ਕਰਕੇ ਆਮ ਅਲੋਨ ਹੀਅਰ ਬਿਨਾਂ ਟੀ ਵੀ ਤੋਂ ਬਿਨਾਂ ਇੰਟਰਨੈਟ ਤੋਂ ਪਤਾ ਨਹੀਂ ਕਿੱਦਾਂ ਟਾਈਮ ਪਾਸ ਹੋਊਗਾ ਬਟ ਵੀ ਹੈਵ ਟੂ ਡੂ ਇਟ ਬਿਕਾਜ਼ ਮੇਰੇ ਹਿਸਾਬ ਦੇ ਨਾਲ 3 ਸਾਲ ਹੋ ਗਏ ਸੀਗੇ ਆਪਣੀ ਆਪਣੀ ਫੈਮਿਲੀਜ਼ ਵਿੱਚ ਜਦੋਂ ਦੇ ਆਏ ਹਾਂ ਬੜੀ ਟੌਰ ਨਾਲ ਆਪਣੀ ਆਪਣੀ ਫੈਮਿਲੀਜ਼ ਵਿੱਚ ਰਹਿੰਦੇ ਪਏ ਹਾਂ ਸੋ ਇੱਕ ਨਾ ਇੱਕ ਦਿਨ ਤਾਂ ਸਟਰਗਲ ਹਰ ਬੰਦੇ ਨੂੰ ਕਰਨੀ ਪੈਂਦੀ ਓਬਵੀਅਸਲੀ ਕੈਨੇਡਾ ਆ ਦਿਸ ਇਜ਼ ਨੋਟ ਇੰਡੀਆ ਕਿ ਤੁਹਾਡਾ ਵਿਹਲੇ ਰਹਿ ਕੇ ਸਰ ਜਾਣਾ ਆ ਸੋ ਓਬਵੀਅਸਲੀ ਸੋ ਸਟਰਗਲ ਸਟਾਰਟਸ ਫਰੋਮ ਦਿਸ ਡੇ ਦਿਸ ਮੇਰੇ ਹਿਸਾਬ ਦੇ ਨਾਲ ਤਾਂ ਸਟਰਗਲ ਸਟਾਰਟਸ ਫਰੋਮ ਨਾਓ ਰਾਈਟ ਨਾਓ ਪਹੁੰਚ ਗਏ ਸੀ ਆਪਣੇ ਅਪਾਰਟਮੈਂਟ finally new home first our home apna matlab afford karan layi apna afford karan layi agar family rehnde sige yeah apna ho gaya puri bhi karavange chota ya apartment hai but 2 BHK da so but still it's good for us hale khali khali ya furnish karna pa hale hun settle holi holi karange te fir jadon bharya bharya ja hoga fir apartment di bhi ek ਬਾਕੀ ਕਿਸੇ ਨੇ ਨਿਊਫਾਊਂਡਲੈਂਡ ਆਉਣਾ ਕੋਈ ਨਵਾਂ ਬੰਦਾ ਦੇਖਦਾ ਕਿਸੇ ਨੇ ਰੈਂਟ ਤੇ ਰਹਿਣਾ ਕਪਲ ਜਾਂ ਕਿਸੇ ਨੇ ਹੋਰ ਨੇ ਸੋ ਸਾਨੂੰ ਕੰਟੈਕਟ ਕਰ ਸਕਦਾ ਸਾਡੇ ਕੋਲ ਇੱਕ ਹੋਰ ਕਮਰਾ ਹੈਗਾ ਅਵੇਲੇਬਲ ਸਾਡੇ ਕਮੈਂਟ ਹੀ ਕਰ ਦਿਓ ਭਾਵੇਂ ਉੱਥੇ ਆਪਾਂ ਕੰਟੈਕਟ ਕਰ ਲਾਂਗੇ ਕੋਈ ਨਾ ਸੋ ਟਿਲ ਦ ਟਾਈਮ ਵੇਟ ਫਾਰ ਆਰ ਨਿਊ ਵਲੌਗ ਤੇ ਐਂਡ ਲੈਟ ਅਸ ਕੁਆਰੰਟਾਈਨ ਫਾਰ 14 ਡੇਜ਼ 14 ਦਿਨ ਦੇ ਵੀ ਆਪਾਂ ਕੁਛ ਨਾ ਕੁਛ ਨਵੀਂ ਨਵੀਂ ਚੀਜ਼ਾਂ ਬਣਾਉਂਦੇ ਆ ਕੁਛ ਨਾ ਕੁਛ ਕਰਾਂਗੇ ਸੋ ਹਲੇ ਇੰਟਰਨੈਟ ਦੀ ਫੈਸਿਲਿਟੀ ਨਹੀਂ ਹੈਗੀ ਸੋ ਜਦੋਂ ਇੰਟਰਨੈਟ ਹੋਊਗਾ ਤੇ ਫਟਾਫਟ ਨਾਲੋ ਨਾਲ ਵਲੌਗਸ ਆਣਗੇ ਤੇ ਵਿਲ ਟਰਾਈ ਟੂ ਸ਼ੂਟ ਫਸਟ ਤੇ ਵਲੌਗਸ ਐਡਿਟ ਕਰਕੇ ਟਾਈਮ ਟੂ ਟਾਈਮ ਪਾਉਂਦੇ ਰਵਾਂਗੇ ਵਿਲ ਸਟੇ ਇਨ ਟੱਚ ਵਿਦ ਯੂ ਗਾਇਜ਼ ਸੋ ਟਿਲ ਦ ਟਾਈਮ ਸਟੇ ਸੇਫ ਸਟੇ ਹੈਲਦੀ ਐਂਡ Bye-bye. Bye till now. Bye.